ਅਸੀਂ ਪਿਛਲੀ 15 ਅਗਸਤ ਨੂੰ ਇਹ ਕਿਹਾ ਸੀਗਾ ਕਿ 1 ਸਾਲ ਦਿਓ, ਬਹੁਤ ਸਾਰਾ ਵੱਡੀਆਂ ਵੱਡੀਆਂ ਜਿਹੜੇ ਨਸ਼ੇ ਨਾਲ ਸੰਬੰਧਿਤ ਐਕਸ਼ਨ ਨੇ ਉਹ ਲਏ ਜਾਣਗੇ। ਸੋ ਪੰਜਾਬ ਪੁਲਿਸ ਨੂੰ ਵੀ ਇਹ ਕਿਹਾ ਗਿਆ ਕਿ ਇਹਨੂੰ ਇਹ ਨਾ ਸਮਝਿਆ ਜਾਵੇ ਕਿ ਕਿਸੇ ਦੇ ਘਰੇ ਲੱਗੀ ਹੋਈ ਅੱਗ ਹੈ, ਇਹਨੂੰ ਆਪਣੇ ਘਰੇ ਲੱਗੀ ਹੋਈ ਅੱਗ ਵਾਂਗੂ ਬੁਝਾਇਆ ਜਾਵੇ। ਕਿਉਂਕਿ ਬਹੁਤ ਸਾਰੇ ਸਾਡੇ ਵੀਰ ਪੁਲਿਸ ਵਾਲੇ ਵੀ ਨੇ ਜਿਹੜੇ ਜਾਂ ਤਾਂ ਖੁਦ ਅਡਿਕਟਡ ਹੋ ਗਏ ਜਾਂ ਉਹਨਾਂ ਦੇ ਬੱਚੇ ਲੱਗ ਗਏ। ਇਹ ਅੱਗ ਨੇ ਤਾਂ ਫਿਰ ਆਉਣਾ ਹੀ ਆਉਣਾ, ਕਿਸੇ ਨਾ ਕਿਸੇ ਰੂਪ ਚ ਤੁਹਾਡੇ ਘਰੇ ਆਊ। ਸੋ ਇਹਨੂੰ ਇੱਕ ਮਿਸ਼ਨ ਬਣਾ ਕੇ, ਇੱਕ ਲਹਿਰ ਬਣਾ ਕੇ ਅਸੀਂ ਕੰਮ ਕਰ। ਕੋਈ ਫੋਨ ਆਉਂਦਾ ਕਿ ਜੀ ਆਪਣੇ ਬੰਦਾ ਛੱਡ ਦਿਓ, ਜਾਂ ਕੋਈ ਕਿਸੇ ਕਿਸਮ ਦੀ ਕੋਈ ਸਿਫਾਰਿਸ਼ ਆਉਂਦੀ ਹੈ, ਬਿਲਕੁਲ ਬਰਦਾਸ਼ਤ ਨਹੀਂ ਕੀਤੀ। ਉਹ ਕਰਪਸ਼ਨ ਦੇ ਮਾਮਲੇ ਚ ਵੀ ਇਹੀ ਆਰਡਰ ਜੋ ਕੱਲ ਕੀਤੇ ਨੇ ਡੀਸੀ ਨੂੰ ਕਿ ਜੇ ਕੋਈ ਕਰਪਸ਼ਨ, ਜੇ ਕੋਈ ਪੁਲਿਸ ਮੁਲਾਜ਼ਮ ਕਿਸੇ ਕਿਸਮ ਦੀ ਵੀ ਕਰਪਸ਼ਨ ਕਿਸੇ ਵੀ ਕੰਮ ਦੇ ਬਦਲੇ ਲੈਂਦਾ ਫੜੇਗਾ, ਤਾਂ ਉਹਦੇ ਚ ਜ਼ਿਲ੍ਹੇ ਦੇ ਮੁਖੀ ਨੂੰ ਜ਼ਿੰਮੇਵਾਰ ਮੰਨਿਆ ਜਾਊ। ਜੇ ਕੰਮ ਕਰ ਸਕਦੇ ਹੋ ਤਾਂ ਬਹੁਤ ਵਧੀਆ, ਜੇ ਨਹੀਂ ਕੰਮ ਕਰ ਸਕਦੇ ਜਾਂ ਕੰਫਰਟੇਬਲ ਨਹੀਂ ਫੀਲ ਕਰਦੇ, ਮੈਨੂੰ ਲਿਸਟ ਦੇ ਦਿਓ, ਮੈਂ ਚੰਡੀਗੜ੍ਹ ਕਿਤੇ ਵਧੀਆ ਥਾਂ 'ਤੇ ਤੁਹਾਨੂੰ ਹੈੱਡਕੁਆਟਰ 'ਚ ਡਿਊਟੀ ਲਾ ਦਾਂਗੇ। ਕੋਈ ਹੋਰ ਜਿਹੜਾ ਬੰਦਾ ਕੰਮ ਕਰ ਸਕਦਾ ਉਹ ਉੱਥੇ ਜਾਊਗਾ, ਕਿਉਂਕਿ ਇਹ ਮਿਸ਼ਨ ਹੈ। ਅਸੀਂ ਮਿਸ਼ਨ 'ਤੇ ਕੰਮ ਕਰਨਾ, ਕਮਿਸ਼ਨ 'ਤੇ ਕੰਮ ਨਹੀਂ ਕਰਨਾ। ਮਿਸ਼ਨ 'ਤੇ ਕਮਿਸ਼ਨ 'ਚ ਕੱਕੇ ਦੀ ਫਰਕ ਹੁੰਦਾ। ਮੇਰਾ ਕੋਈ ਕਿਸੇ ਡਰੱਗ ਦੇ ਕਿਸੇ ਤਸਕਰ ਨਾਲ ਜਾਂ ਕੋਈ ਕਿਸੇ ਸਮੱਗਲਰ ਨਾਲ ਮੇਰਾ ਕੋਈ ਕਿਸੇ ਕਿਸਮ ਦਾ ਸੰਬੰਧ ਨਹੀਂ। ਮੇਰਾ ਮਕਸਦ ਹੈ ਪੰਜਾਬ ਨੂੰ ਨਰੋਆ ਤੰਦਰੁਸਤ ਬਣਾਉਣਾ। ਅਸੀਂ ਪਿਛਲੀ 15 ਅਗਸਤ ਨੂੰ ਇਹ ਕਿਹਾ ਸੀਗਾ ਕਿ 1 ਸਾਲ ਦਿਓ, ਬਹੁਤ ਸਾਰਾ ਵੱਡੀਆਂ ਵੱਡੀਆਂ ਜਿਹੜੇ ਨਸ਼ੇ ਨਾਲ ਸੰਬੰਧਿਤ ਐਕਸ਼ਨ ਨੇ ਉਹ ਲਏ ਜਾਣਗੇ। ਸੋ ਪੰਜਾਬ ਪੁਲਿਸ ਨੂੰ ਵੀ ਇਹ ਕਿਹਾ ਗਿਆ ਕਿ ਇਹਨੂੰ ਇਹ ਨਾ ਸਮਝਿਆ ਜਾਵੇ ਕਿ ਕਿਸੇ ਦੇ ਘਰੇ ਲੱਗੀ ਹੋਈ ਅੱਗ ਹੈ, ਇਹਨੂੰ ਆਪਣੇ ਘਰੇ ਲੱਗੀ ਹੋਈ ਅੱਗ ਵਾਂਗੂ ਬੁਝਾਇਆ ਜਾਵੇ। ਕਿਉਂਕਿ ਬਹੁਤ ਸਾਰੇ ਸਾਡੇ ਵੀਰ ਪੁਲਿਸ ਵਾਲੇ ਵੀ ਨੇ ਜਿਹੜੇ ਜਾਂ ਤਾਂ ਖੁਦ ਅਡਿਕਟਡ ਹੋ ਗਏ ਜਾਂ ਉਹਨਾਂ ਦੇ ਬੱਚੇ ਲੱਗ ਗਏ। ਇਹ ਅੱਗ ਨੇ ਤਾਂ ਫਿਰ ਆਉਣਾ ਹੀ ਆਉਣਾ, ਕਿਸੇ ਨਾ ਕਿਸੇ ਰੂਪ ਚ ਤੁਹਾਡੇ ਘਰੇ ਆਊ। ਸੋ ਇਹਨੂੰ ਇੱਕ ਮਿਸ਼ਨ ਬਣਾ ਕੇ, ਇੱਕ ਲਹਿਰ ਬਣਾ ਕੇ ਅਸੀਂ ਕੰਮ ਕਰ। ਕੋਈ ਫੋਨ ਆਉਂਦਾ ਕਿ ਜੀ ਆਪਣੇ ਬੰਦਾ ਛੱਡ ਦਿਓ, ਜਾਂ ਕੋਈ ਕਿਸੇ ਕਿਸਮ ਦੀ ਕੋਈ ਸਿਫਾਰਿਸ਼ ਆਉਂਦੀ ਹੈ, ਬਿਲਕੁਲ ਬਰਦਾਸ਼ਤ ਨਹੀਂ ਕੀਤੀ। ਉਹ ਕਰਪਸ਼ਨ ਦੇ ਮਾਮਲੇ ਚ ਵੀ ਇਹੀ ਆਰਡਰ ਜੋ ਕੱਲ ਕੀਤੇ ਨੇ ਡੀਸੀ ਨੂੰ ਕਿ ਜੇ ਕੋਈ ਕਰਪਸ਼ਨ, ਜੇ ਕੋਈ ਪੁਲਿਸ ਮੁਲਾਜ਼ਮ ਕਿਸੇ ਕਿਸਮ ਦੀ ਵੀ ਕਰਪਸ਼ਨ ਕਿਸੇ ਵੀ ਕੰਮ ਦੇ ਬਦਲੇ ਲੈਂਦਾ ਫੜੇਗਾ, ਤਾਂ ਉਹਦੇ ਚ ਜ਼ਿਲ੍ਹੇ ਦੇ ਮੁਖੀ ਨੂੰ ਜ਼ਿੰਮੇਵਾਰ ਮੰਨਿਆ ਜਾਊ। ਜੇ ਕੰਮ ਕਰ ਸਕਦੇ ਹੋ ਤਾਂ ਬਹੁਤ ਵਧੀਆ, ਜੇ ਨਹੀਂ ਕੰਮ ਕਰ ਸਕਦੇ ਜਾਂ ਕੰਫਰਟੇਬਲ ਨਹੀਂ ਫੀਲ ਕਰਦੇ, ਮੈਨੂੰ ਲਿਸਟ ਦੇ ਦਿਓ, ਮੈਂ ਚੰਡੀਗੜ੍ਹ ਕਿਤੇ ਵਧੀਆ ਥਾਂ 'ਤੇ ਤੁਹਾਨੂੰ ਹੈੱਡਕੁਆਟਰ 'ਚ ਡਿਊਟੀ ਲਾ ਦਾਂਗੇ। ਕੋਈ ਹੋਰ ਜਿਹੜਾ ਬੰਦਾ ਕੰਮ ਕਰ ਸਕਦਾ ਉਹ ਉੱਥੇ ਜਾਊਗਾ, ਕਿਉਂਕਿ ਇਹ ਮਿਸ਼ਨ ਹੈ। ਅਸੀਂ ਮਿਸ਼ਨ 'ਤੇ ਕੰਮ ਕਰਨਾ, ਕਮਿਸ਼ਨ 'ਤੇ ਕੰਮ ਨਹੀਂ ਕਰਨਾ। ਮਿਸ਼ਨ 'ਤੇ ਕਮਿਸ਼ਨ 'ਚ ਕੱਕੇ ਦੀ ਫਰਕ ਹੁੰਦਾ। ਮੇਰਾ ਕੋਈ ਕਿਸੇ ਡਰੱਗ ਦੇ ਕਿਸੇ ਤਸਕਰ ਨਾਲ ਜਾਂ ਕੋਈ ਕਿਸੇ ਸਮੱਗਲਰ ਨਾਲ ਮੇਰਾ ਕੋਈ ਕਿਸੇ ਕਿਸਮ ਦਾ ਸੰਬੰਧ ਨਹੀਂ। ਮੇਰਾ ਮਕਸਦ ਹੈ ਪੰਜਾਬ ਨੂੰ ਨਰੋਆ ਤੰਦਰੁਸਤ ਬਣਾਉਣਾ।